ਸੱਸ ਮੇਰੀ ਏ ਤੈਨੂੰ ਨੀ ਕਢੇਰਾ ਲਾਂਦਾ, ਪੁੱਤ ਤੇਰੇ ਵਿਗੜੇ ਨੂੰ ਦੱਸ ਹੁਣ ਕਿੱਦਾਂ ਸਾਂਭਾ। ਕਹਿੰਦੇ ਜਦੋਂ ਕੁੜੀ ਨੂੰ ਦੇਖਣ ਜਾਂਦੇ ਆ ਨਾ ਤੇ ਜਾ ਕੇ ਪਤਾ ਕੀ ਕਹਿਣਗੇ, ਭੈਣ ਜੀ ਸਾਡਾ ਪੁੱਤ ਤੁਸੀਂ ਸ਼ਰਾਬ ਦੀ ਗੱਲ ਕਰਦੇ, ਇਹਨੂੰ ਤਾਂ ਕਿਤੇ ਚਾਹ ਦਾ ਐਬ ਨਹੀਂ। ਸਾਡਾ ਪੁੱਤ ਸਵੇਰੇ ਸ਼ਾਮ ਭੱਜਣ ਜਾਂਦਾ ਤੇ ਜੇ ਕਿਤੇ ਵਿਆਹ ਤੋਂ ਬਾਅਦ ਪੁੱਤ ਇੱਕ ਦੋ ਪੈਗ ਲਾ ਲਵੇ, ਨੇਰੇ ਸਵੇਰੇ ਘਰ ਆਵੇ ਤੇ ਕਿਤੇ ਨੌ ਰਾਣੀ ਆਪਣੀ ਸਾਸੂ ਮਾਂ ਨੂੰ ਕਹਿ ਦੇਵੇ ਨਾ, ਮੰਮੀ ਜੀ, ਜਿੱਦਾਂ ਰਮਨ ਦੀਦੀ ਕਹਿੰਦੀ ਹੈ, ਮੰਮੀ ਜੀ ਇਹ ਨਾ ਹੁਣ ਨੇਰੇ ਆਉਂਦੀ ਹੈ ਤੇ ਇਹਨਾਂ ਦੇ ਪੈਗ ਵੀ ਲੱਗੇ ਹੁੰਦੇ ਹੈ। ਤੇ ਅੱਗੋ ਸਾਸੂ ਮਾਂ ਪਤਾ ਕੀ ਕਹਿੰਦੀ ਹੈ, ਪਹਿਲਾਂ ਤਾਂ ਆਹ ਕੁਝ ਨਹੀਂ ਸੀ ਕਰਦਾ, ਆ ਜਦੋਂ ਦਾ ਵਿਆਹ ਹੋਇਆ ਉਦੋਂ ਦਾ ਹੀ ਆਹ ਕੁਝ ਕਰਨ ਲੱਗਿਆ। ਤੂੰ ਜਾਣ ਤੇਰਾ ਘਰ ਵਾਲਾ, ਅਸੀਂ ਤਾਂ ਤੇਰੇ ਨਾਲ ਵਿਆਹ ਹੈ। ਤੇ ਆਪਾਂ ਨੌ ਰਾਣੀ ਪਤਾ ਕੀ ਕਹਿੰਦੀ ਹੈ, ਸੱਸ ਮੇਰੀ ਏ ਤੈਨੂੰ ਨੀ ਇੱਕ ਦੇਣਾ ਲਾਂਬਾ, ਪੁੱਤ ਤੇਰੇ ਵਿਗੜੇ ਨੂੰ ਦੱਸ ਹੁਣ ਕਿੱਦਾਂ ਸਾਂਭਾ। ਵੈਸੇ ਇੱਕ ਸੱਚੀ ਗੱਲ ਦੱਸੀਓ, ਟਾਈਮ ਇਹੋ ਜਿਹਾ ਹੀ ਹੁੰਦਾ ਜਦੋਂ ਗੁੱਬ ਗਵਾੜ ਕੱਢ ਲਈਦੇ ਹੁੰਦੇ ਆ, ਇਹਨੂੰ ਵੀ ਕੋਈ ਪ੍ਰੋਬਲਮ ਹੀ ਲੱਗਦੀ ਹੈ ਹਨਾ। ਇਹ ਪਹਿਲਾਂ ਬੋਲ ਪਈ, ਕਹਿੰਦੇ ਪਹਿਲਾਂ ਮੈਂ ਬੋਲਦੀ ਹਾਂ, ਮੈਨੂੰ ਤੜਕੇ ਤੋਂ ਲੈ ਆਥਣ ਤਾਈ ਕੰਮ ਧੰਦੇ ਖਾ ਲਿਆ ਨੀ, ਇੱਕ ਨਾਗਣੀ ਨੂਗਣੀ ਕਹਿੰਦੇ ਨੇ ਨਵਾਂ ਰੋਗ ਹੀ ਲਾ ਲਿਆ ਨੀ, ਨੀ ਉਹ ਦੁੱਧ ਚ ਪੱਤੀ ਪਾਵੇ ਤੜਕੇ ਉੱਠ ਕੇ ਗੋਲੀ ਬਣਾਵੇ, ਨੀ ਫਿਰ ਕੁੱਟ ਦੇ ਕਮਲ ਬਥੇਰਾ, ਹੁਣ ਪਾਣੀ ਬੋਤਲ ਪਾਣੀ ਬੋਤਲ ਪੀ ਜਾਂਦਾ ਤਾਂ ਬਣ ਗਿਆ ਮਾਇਆ ਮੇਰਾ, ਪਾਣੀ ਬੋਤਲ।
ਕੋਟਾ ਬਣ ਗਿਆ ਮਾਇਆ ਮੇਰਾ ਪੌੜੀ ਫੋਟਲ ਵੱਖਰਾ ਹੁਕਮ ਚਲਾਉਣਾ ਰੱਖਣਾ ਰੱਖਣਾ